ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਅਵਤਾਰ ਪੁਰਬ ਪੂਰੀ ਦੁਨੀਆਂ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਆਪਣੀ ਸ਼ਰਧਾ ਅਤੇ ਵੱਖ ਵੱਖ ਤਰੀਕਿਆਂ ਨਾਲ ਮਨਾਇਆ ਗਿਆ। ਇੱਥੇ ਹੀ ਜੀਰਾ ਸ਼ਹਿਰ ਦੇ ਹੈਲਪਿੰਗ ਹੈਂਡ ਟੀਮ ਦੇ ਨੌਜਵਾਨਾਂ ਵੱਲੋਂ ਗੁਰੂ ਸਾਹਿਬ ਦਾ ਪ੍ਰਕਾਸ਼ ਉਤਸਵ ਲੋੜਵੰਦਾਂ ਦੀ ਮਦਦ ਕਰਕੇ ਮਨਾਇਆ ਗਿਆ, ਜਿਸ ਵਿੱਚ ਲੋੜਵੰਦ ਮਰੀਜ਼ਾਂ ਲਈ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ, ਹੱਡੀਆਂ ਦੇ ਮਰੀਜ਼ਾਂ ਦਾ ਫ੍ਰੀ ਚੈੱਕਅਪ, ਫ੍ਰੀ ਬਲੱਡ ਟੈਸਟ, ਫ੍ਰੀ ਦਵਾਈਆਂ ਤੋਂ ਇਲਾਵਾ ਲੋੜਵੰਦ ਸਕੂਲੀ ਬੱਚਿਆਂ ਨੂੰ ਕੋਟੀਆਂ, ਵਰਦੀਆਂ, ਬੂਟ, ਜੁਰਾਬਾਂ ਆਦਿ ਮੁਹੱਈਆ ਕਰਵਾਏ ਗਏ। ਇਸ ਤੋਂ ਇਲਾਵਾ ਛੋਟੇ ਬੱਚਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਸਵਾਲ ਪੁੱਛ ਕੇ ਛੋਟੇ ਛੋਟੇ ਇਨਾਮ ਦੇਣ ਦਾ ਪ੍ਰੋਗਰਾਮ ਵੀ ਕੀਤਾ ਗਿਆ। ਇੱਥੇ ਅਸੀਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਹੈਲਪਿੰਗ ਹੈਂਡ ਟੀਮ ਜੀਰਾ ਵੱਲੋਂ ਪਹਿਲਾਂ ਤੋਂ ਹੀ ਕਈ ਲੋੜਵੰਦ ਅਤੇ ਬੇਸਹਾਰਾ ਮਰੀਜ਼ਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਇਸ ਪੂਰੇ ਪ੍ਰੋਗਰਾਮ ਵਿੱਚ ਜੀਰਾ ਸ਼ਹਿਰ ਦੇ ਕਈ ਅਹਿਮ ਸਮਾਜ ਸੇਵੀ ਪਤਵੰਤਿਆਂ ਨੇ ਅਚੇਚੇ ਤੌਰ 'ਤੇ ਹਾਜ਼ਰੀ ਲਗਵਾਈ। ਆਓ ਸੁਣਦੇ ਹਾਂ ਟੀਮ ਦੇ ਮੈਂਬਰਾਂ ਨਾਲ ਹੋਈ ਖਾਸ ਗੱਲਬਾਤ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਜਿਹੜਾ ਅੱਜ ਦਾ ਇਹ ਸਮਾਗਮ ਹੈਲਪਿੰਗ ਹੈਂਡ ਟੀਮ ਜੀਰਾ ਵੱਲੋਂ ਕੀਤਾ ਗਿਆ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਗੁਰਪੁਰਬ ਨੂੰ ਸੰਬੰਧਿਤ ਅੱਜ ਦੇ ਇਸ ਸਮਾਗਮ ਵਿੱਚ ਜਿਹੜਾ ਪ੍ਰੋਗਰਾਮ ਅਸੀਂ ਉਲੀਕਿਆ ਸੀ, ਉਸ ਦੇ ਵਿੱਚ ਖਾਸ ਤੌਰ 'ਤੇ ਉਹ ਬੱਚੇ ਸਕੂਲਾਂ ਦੇ ਜਿਹਨੇ ਨੂੰ ਵਰਦੀਆਂ ਨਹੀਂ ਸੀ ਮਿਲ ਰਹੀਆਂ, ਉਹਨਾਂ ਬੱਚਿਆਂ ਨੂੰ ਸਾਡੀ ਹੈਲਪਿੰਗ ਹੈਂਡ ਟੀਮ ਜੀਰਾ ਵੱਲੋਂ ਸਮਾਜ ਸੇਵੀ ਸੰਸਥਾਵਾਂ ਔਰ ਪਰਿਵਾਰਾਂ ਦੇ ਸਹਿਯੋਗ ਦੇ ਨਾਲ ਜਿਹੜੇ ਅੱਜ ਬੱਚਿਆਂ ਨੂੰ ਬੂਟ, ਜੁਰਾਬਾਂ, ਪੈਂਟ ਸ਼ਰਟ ਔਰ ਜਿਹੜੇ ਆ ਸ਼ੂਜ਼ ਦਿੱਤੇ ਗਏ ਨੇ, ਅਸੀਂ ਆਪਦੀ ਟੀਮ ਵੱਲੋਂ ਉਹਨਾਂ ਪਰਿਵਾਰਾਂ ਦਾ ਔਰ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦੇ ਹਾਂ। ਖਾਸ ਤੌਰ 'ਤੇ ਅੱਜ ਦੇ ਦਿਨ ਅਸੀਂ ਜਿਹੜਾ ਕੈਂਪ ਲਗਾਇਆ ਸੀ, ਇਸ ਵਿੱਚ ਫਿਜ਼ੀਓਥੈਰੇਪੀ ਦੇ ਡਾਕਟਰ ਸਾਹਿਬ ਸਾਡੇ ਕੋਲ ਪਹੁੰਚੇ ਸੀ, ਅੱਖਾਂ ਦਾ ਜਿਹੜੇ ਹੋਸਪਿਟਲ ਤੋਂ ਸਾਡੇ ਕੋਲ ਡਾਕਟਰ ਪਹੁੰਚੇ ਸੀ, ਉਹਨਾਂ ਨੇ ਮਰੀਜ਼ਾਂ ਦਾ ਅੱਖਾਂ ਦਾ ਚੈੱਕਅਪ ਕੀਤਾ, ਉਹਨਾਂ ਨੂੰ ਦਵਾਈਆਂ ਲਿਖ ਕੇ ਦਿੱਤੀਆਂ ਔਰ ਕੁਝ ਦਵਾਈਆਂ ਔਰ ਐਨਕਾਂ ਆਪਦੇ ਕੋਲੋਂ ਵੀ ਦਿੱਤੀਆਂ। ਇਸ ਦੇ ਨਾਲ ਹੀ ਸਾਡੇ ਕੋਲ ਜੀਰਾ ਸ਼ਹਿਰ ਦੇ ਜਿਹੜੇ ਹੋਸਪਿਟਲ ਨੇ, ਪ੍ਰਾਈਵੇਟ ਹੋਸਪਿਟਲ, ਉਹਨਾਂ ਤੋਂ ਡਾਕਟਰ ਸਾਹਿਬਾਨ ਦੀਆਂ ਟੀਮਾਂ ਪਹੁੰਚੀਆਂ ਸੀ, ਉਹਨਾਂ ਨੇ ਜਿਹੜੇ ਸਾਡੇ ਸ਼ਹਿਰ ਦੇ ਜਿਹੜੇ ਲੋੜਵੰਦ ਮਰੀਜ਼ ਸੀ ਉਹਨਾਂ ਦਾ ਚੈੱਕਅਪ ਕੀਤਾ ਔਰ ਮੌਕੇ 'ਤੇ ਉਹਨਾਂ ਨੂੰ ਜਿਹੜੀਆਂ ਦਵਾਈਆਂ ਅੱਜ ਦਿੱਤੀਆਂ। ਅਸੀਂ ਆਪਦੀ ਹੈਲਪਿੰਗ ਹੈਂਡ ਟੀਮ ਜੀਰਾ ਵੱਲੋਂ ਜਿੰਨੇ ਵੀ ਸਾਡੇ ਸ਼ਹਿਰ ਦੇ ਔਰ ਨਜ਼ਦੀਕ ਦੇ ਪਿੰਡਾਂ ਦੇ ਔਰ ਦੇਸ਼ ਵਿਦੇਸ਼ ਵਿੱਚ ਬੈਠੇ ਸਾਡੇ ਸਹਿਯੋਗੀ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਜੋ ਕਿ ਸਮੇਂ ਸਮੇਂ 'ਤੇ ਸਾਨੂੰ ਪਹਿਲਾਂ ਵੀ ਸਹਿਯੋਗ ਦਿੰਦੇ ਨੇ, ਅੱਜ ਦੇ ਇਸ ਸਮਾਗਮ ਲਈ ਵੀ ਸਾਨੂੰ ਸਹਿਯੋਗ ਦਿੱਤਾ। ਅਸੀਂ ਆਪਦੀ ਟੀਮ ਵੱਲੋਂ ਜੀਰਾ ਸ਼ਹਿਰ ਨਿਵਾਸੀਆਂ ਦਾ ਔਰ ਜਿੰਨੇ ਵੀ ਸਾਡੇ ਸਹਿਯੋਗੀ ਨੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਬਹੁਤ ਹੀ ਸੋਹਣਾ ਪ੍ਰੋਗਰਾਮ ਹੋਇਆ, ਜਿਹੜਾ ਸ਼ਹਿਰ ਨਿਵਾਸੀਆਂ ਨੇ ਅਤੇ ਦਾਨੀ ਸੱਜਣਾਂ ਨੇ ਜਿਨ੍ਹਾਂ ਨੇ ਇਸ ਪ੍ਰੋਗਰਾਮ 'ਚ ਸਾਥ ਦਿੱਤਾ ਅਤੇ ਡਾਇਰੈਕਟਰੀ ਨੇ, ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਸਾਰਿਆਂ ਨੂੰ ਜਿੰਨੇ ਵੀ ਸਾਡੀਆਂ ਵੀਡੀਓ ਵੇਖਦੇ ਹੈਲਪਿੰਗ ਹੈਂਡ ਟੀਮ ਦੀਆਂ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਲੋੜਵੰਦ ਮਰੀਜ਼ਾਂ ਨੂੰ ਦਸਵੰਧ ਕੱਢੋ ਅਤੇ ਉਹਨਾਂ ਦੀ ਹੈਲਪ ਕਰੋ। ਜੋ ਵੀ ਦਵਾਈਆਂ ਹਰ ਰੋਜ਼ 1500 ਦੀਆਂ ਦਵਾਈਆਂ ਮਿਲਦੀਆਂ, ਉਹਨਾਂ ਜੋ ਵੀ ਅਸੀਂ ਵੀਡੀਓ ਪਾਉਂਦੇ ਦਾ ਵੱਧ ਤੋਂ ਵੱਧ ਸ਼ੇਅਰ ਕਰਕੇ ਅਤੇ ਨਾਲ ਲਾਈਕ ਕਰਕੇ, ਕਮੈਂਟ ਕਰਕੇ, ਜਿੰਨੀ ਵੀ ਸੇਵਾ ਪਾ ਸਕਦੇ ਪਾਇਆ ਕਰੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸੱਚੀਆਂ ਅਤੇ ਨਿਰਪੱਖ ਖਬਰਾਂ ਦੇ ਲਈ ਦੇਖਦੇ ਰਹੋ ਤਪਦਾ ਸੱਚ ਨਿਊਜ਼, ਯੂਟਿਊਬ, ਫੇਸਬੁੱਕ ਅਤੇ ਵੈਬ 'ਤੇ ਉਪਲਬਧ।